ਉਸਦਾ ਜਿੱਥੇ ਜਿਹਨਾਂ ਕਾਸ਼ ਨਹੀਂ ਕੀਤੀ ਜ਼ਹਿਰ ਹੈ ਉਹਨਾਂ ਨੂੰ ਤਾਂ ਮਸੈਲ ਆਏਗਾ, ਲੇਕਿਨ ਜਿਹੜੇ ਦੋਸਤਾਂ ਨੇ ਕਾਸ਼ ਕਰਦੀ ਹੈ ਕਪਾਸ ਜਿਸ ਇਲਾਕੇ ਅਸੀਂ ਬੈਠੇ ਹਾਂ ਉਹਨਾਂ ਲਈ ਖੁਸ਼ਖਬਰੀ ਇਹ ਹੈ ਕਿ ਜ਼ਹਿਰ ਹੈ ਕਿਉਂਕਿ ਕਾਸ਼ ਦਾ ਰਕਬਾ ਘੱਟ ਹੈ ਅਤੇ ਕੀਮਤ ਜਿਹੜੀ ਹੈ ਉਹ ਚਾਂਸ ਹੀ ਹੈ ਕਿ ਜ਼ਿਆਦਾ ਅੱਛੀ ਰਹੇਗੀ। ਪਿਛਲੇ ਸਾਲ ਇਹਨਾਂ ਦਿਨਾਂ 'ਚ ਕਪਾਸ ਦਾ ਜਿਹੜਾ ਅਗਲਾਸ ਸੀ ਜਿਹੜੀ ਸਿੱਧੀ ਚੁਰਲੀ ਰਈਆ ਖਾਨ ਜਾਂ ਸਾਡੇ ਕੁਛ ਸਾਹਿਬਾਲ ਦੇਵੀ ਜਿਹੜੇ ਲੋਕਾਂ ਨੇ ਸਬਜ਼ੀ ਦਾ ਕਾਸ਼ ਕੀਤੀ ਸੀ ਕਪਾਸ ਅਤੇ 4,3842 ਰੁਪਇਆ ਰੇਟ ਸੀ। ਇਸ ਦਫ਼ਾ ਸਟਾਰਟ ਮੇਰੇ ਖਿਆਲ ਐਵਰੇਜ 6,000 ਤੋਂ ਪਲੱਸ ਮਾਈਨਸ ਦੀ ਖ਼ਬਰਾਂ ਵੀ ਨੇ। ਦਿਹਾੜੀ ਮਿਲ ਸੀ ਤਾਂ 8,000 ਤੱਕ ਹੀ ਅਸੀਂ ਸੇਲ ਹੋਈ ਹੈ, 7,500 ਤੱਕ ਵੀ ਗਈ ਹੈ, ਲੇਕਿਨ ਔਨ ਐਵਰੇਜ ਦੇਖ ਕੇ 6,500 ਦੇ ਅੰਦਰ ਇਸ ਟਾਈਮ ਜੋ 8-10 ਮਨ ਆਉਂਦੀ ਹੈ ਸੇਲ ਹੋ ਰਹੀ ਹੈ ਨਕਦ ਕੈਸ਼ ਦੀ। ਅੱਛਾ, ਇਸ 'ਚ ਦੋ ਕੀ ਵਜੂਹਾਂ ਨੇ, ਇੱਕ ਤਾਂ ਦੁਨੀਆ ਦੇ ਉੱਪਰ ਹੀ ਜਿਹੜੀ ਹੈ ਕਪਾਸ ਦੀ ਅਹਿਮੀਅਤ ਵੱਧ ਰਹੀ ਹੈ, ਕਾਸ਼ ਥੋੜ੍ਹੀ ਹੈ, ਆਬਾਦੀ